ਜੀ ਜਗਜੀਤ ਸਿੰਘ ਵਾਲੀਆ ਦੇ ਮਾਤਾ ਜੀ ਸਰਦਾਰਨੀ ਰਾਜਿੰਦਰ ਕੌਰ ਵਾਲੀਆ, ਜੋ ਕਿ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਉਹਨਾਂ ਦੇ ਨਿਮਿਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਛੇਵੀਂ ਪਾਤਸ਼ਾਹੀ ਬੀ ਬਲੋਕ ਰਣਜੀਤ ਐਵਨਿਊ ਵਿਖੇ ਕੀਤੀ ਗਈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ, DIG ਨਰਿੰਦਰ ਭਾਰਗਵ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਲ, ਫਾਸਟਵੇ ਅਤੇ ਨੈੱਟ ਪਲੱਸ ਦੇ ਆਪਰੇਸ਼ਨ ਹੈੱਡ ਸਰਦਾਰ ਸਰਬਜੀਤ ਸਿੰਘ ਰਾਜੂ, ਫਾਸਟਵੇ ਅਤੇ ਨੈੱਟ ਪਲੱਸ ਦੇ ਸਰਦਾਰ ਸੁਖਅਮ੍ਰਿਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ, ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਬੰਟੀ, ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ਸਾਬਕਾ ਕੌਂਸਲਰ ਵਿਕਾਸ ਸੋਨੀ, ਪੰਜਾਬੀ ਸੂਫੀ ਗਾਇਕ ਲਖਵਿੰਦਰ ਵਡਾਲੀ, ਸੰਦੀਪ ਸਿੱਪੀ, ਐਲਫਾ ਇੰਟਰਨੈਸ਼ਨਲ ਸਿਟੀ ਤੋਂ ਰਾਜੇਸ਼ ਅਰੋੜਾ ਆਸ਼ੂ, ਡਾਕਟਰ ਅਵਤਾਰ ਸਿੰਘ, ਸਮਾਜ ਸੇਵਕ ਮਨਦੀਪ ਸਿੰਘ ਮੰਨਾ, ਤਹਿਸੀਲਦਾਰ ਪਰਮਪ੍ਰੀਤ ਸਿੰਘ ਗੁਰਾਇਆ, ADCP ਹਰਜੀਤ ਸਿੰਘ ਤਾਲੀਵਾਲ, ADCP ਅਮਨਦੀਪ ਕੌਰ, ADCP ਪਰਮਿੰਦਰ ਕੌਰ, BJP ਨੇਤਾ ਕੇਵਲ ਕੁਮਾਰ, ਕੁਮਾਰ ਅਮਿਤ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਜਨਮ ਅਕਾਲ ਜੇ ਜਨਮ